ਸਦਾ ਯਾਰ ਖੜਦਾ ਹੈ ਨਾ ਲੱਡੂਆਂ ਤੋਂ ਕਿੱਥੇ ਡਰਦਾ ਤੂੰ ਤਾਂ ਜਾਣਦੀ ਹੈ ਯਾਰ ਤੇਰਾ ਘੋੜੇ ਵਰਗਾ ਹੈ ਨਾ ਲੱਡੂਆਂ ਤੋਂ ਕਿੱਥੇ ਡਰਦਾ ਤੂੰ ਤਾਂ ਜਾਣਦੀ ਹੈ ਯਾਰ ਤੇਰਾ ਘੋੜੇ ਵਰਗਾ ਲੱਡੂਆਂ ਤੋਂ ਕਿੱਥੇ ਡਰਦਾ ਤਰਨ ਤਾਰਨ ਸਾਹਿਬ ਨਾਲ ਸਾਡੇ ਦਿਲਾਵਰ ਭਾਜੀ ਟਿੱਪ ਦੋ ਯਾਰ ਇਹਨਾਂ ਨੂੰ ਕੋਈ ਭਾਗ ਧੋਣ ਦੀ ਸਾਡੇ ਸਾਰੇ ਟਿੱਪ ਸਾਰੇ ਜਣੇ ਭੁੱਖ ਦੇ ਦਾਰੀ ਆ ਹੁਣ ਭਾਈ ਉਹਦੇ ਗੱਲ ਆ ਭੁੱਖ ਦਾ ਅਟੈਕ ਭਾਈ ਐਵੇਂ ਘਰੇ ਉਹ ਘਰੇ ਨੀ ਇੱਕ ਨਾ ਉਹ ਆ ਗਈ ਆਂਟੀ ਹੋਣੀ ਕਹਿੰਦੇ ਐਵੇਂ ਹੋਣੀ ਦੁਕਾਨ ਤੇ ਹੋਣੀ ਆ ਹਰੀ ਹਰੀ ਗੀਤਾ ਕਿੱਥੇ ਪਾਉਣ ਨੂੰ ਆ ਵੇਖ ਤੇ ਮੈਂ ਲਿਆ ਸੀ ਵਧੀਆ ਆ ਵੇਖ ਲਿਆ ਬਹੁਤ ਵਧੀਆ ਸਾਈਕਲ ਕਿਹੜਾ ਸਾਈਕਲ ਪ੍ਰਿਤ ਸਾਈਕਲ ਸਾਡੇ ਭਰਾਵਾਂ ਨੇ ਸਾਈਕਲ ਚਲਾ ਕੇ ਲੈ ਕੇ ਆਉਣਾ ਇੱਥੋਂ ਘੱਟੋ ਘੱਟ 2-3 ਕਿਲੋਮੀਟਰ ਦੂਰ ਹੋਣਾ ਉਹ ਕਰਦੇ ਅਗਲੇ ਸਾਈਕਲ ਚਲਾ ਕੇ ਲਿਆਉਣਗੇ ਉਹ ਮਤਲਬ ਹੀ ਉਹ ਆਹੋ ਗੱਲ ਸੁਣ ਲਾ ਮੇਰੀ ਭਰਾ ਮੈਂ ਸੈਂਟਰ 'ਚ ਬੈਠਾ ਸੈਂਟਰ 'ਚ ਜਾਓ ਚੱਲ ਜਾਓ ਤੇ ਪਹਿਲਾਂ ਕਿਉਂ ਰੋਕੀ ਮੈਂ ਸੈਂਟਰ 'ਚ ਬੈਠਾ ਮੈਨੂੰ ਲੱਗਾ ਫਿਰ ਉੱਪਰ ਇਹਨੂੰ ਨਹੀਂ ਪਾਉਣਾ ਚੱਲ ਵੀ ਐਮ ਪੀ ਐਮ ਈ ਚੱਲ ਵੀ ਯਾਰ ਸਾਈਕਲ ਆ ਉਹ ਮੋਡਰਨ ਫੜੇ ਆ ਹੈ ਉਹ ਐਮ ਈ ਆਈ ਉਹ ਪਿੰਡ ਤੇ ਜਾਂਦੇ ਆ ਫੜ ਖੜ ਜਾ ਰੇਸ ਲਾਉਣੀ ਤੂੰ ਆਵਾਜ਼ ਲਾਉਂਦਾ ਨੀ ਮਜ਼ਾ ਆਉਂਦਾ ਆਹੋ ਆਹ ਛੱਡ ਦੇ ਜਾ ਐਮੀ ਫੜਾ ਉਹ ਭਾਈ ਉਹ ਘੈਂਟ ਕੇ ਬਹੁਤ ਜ਼ਿਆਦਾ ਭਾਰ ਆਈ ਓਏ ਛੋਟੇ ਹੁੰਦੇ ਬੜੇ ਚਲਾਏ ਸਾਈਕਲ ਫਿਰ ਸਾਈਕਲਾਂ ਤੇ ਆ ਗਈ ਹਾਂਜੀ ਓਏ ਭਾਈ ਇਹ ਤਾਂ ਮਜ਼ਾ ਆਉਂਦਾ ਸਾਈਕਲ ਚਲਾਉਣ ਦਾ ਜਿੰਨੇ ਭਾਰੇ ਟਾਇਰ ਇਹਦੇ ਮੋਟੇ ਓਨਾ ਜ਼ੋਰ ਲੱਗਦਾ ਪਹੁੰਚ ਗਏ ਲੋਕੇਸ਼ਨ ਤੇ ਫਾਈਨਲੀ ਖੜ ਜੀ ਭਰਾਵਾ ਮਜ਼ਾ ਆਉਂਦਾ ਨਾ ਪਰ ਇੱਥੇ ਡਿੱਗਣ ਦਾ ਫਰਕ ਲੱਗਦਾ ਆਹੋ ਪੰਜਾਬੀ ਪਹੁੰਚ ਗਏ ਲੋਕੇਸ਼ਨ ਤੇ ਐਵੀ ਓਏ ਜਿਹੜੇ ਸਾਈਕਲ ਚਲਾ ਕੇ ਲਿਆਏ ਉਹਨਾਂ ਨੂੰ ਸਾਈਕਲ ਲੈ ਕੇ ਆਉਂਦੇ ਮਜ਼ੇ ਨਾਲ ਲੈ ਕੇ ਕਿਤੇ ਵਾੜ ਦਿਓ
ਭਾਈ ਭਾਈ ਕੁਛ ਨਹੀਂ ਹੈ ਕੁਛ ਨਹੀਂ ਹੈ ਕੋਈ ਨਹੀਂ ਦਿਖਾ ਕੀੜੀਆਂ ਕੀੜੀਆਂ ਮੈਂ ਕੋਈ ਨਹੀਂ ਆਇਆ ਕੋਈ ਨਹੀਂ ਦਿਖਾ ਕੀੜੀਆਂ ਦਾ ਆਟਾ ਡੁੱਲ ਗਿਆ ਭਾਈ ਬਚਾ ਵਾ ਫਿਰ ਚਲੋ ਟਰਾਈ ਤੇ ਕਰਨੀ ਆ ਆਪਾਂ ਆਈਡੀਓ ਚ ਪੈਸੇ ਵੀ ਹੋਣੇ ਮੈਂ ਅੱਜ ਸ਼ੂਟ ਕਰਨਾ ਬਹੁਤ ਮਜ਼ਾ ਆਇਆ ਮੂਵੀ ਵੇਖੀ ਵੀਰ ਹੋਣਾ ਦਾ ਐ ਮੀਰ ਆਮ ਬੁੜਿਆ ਜੋ ਬਸੰਦੋ ਵੀਰ ਹੋਣੀ ਇਕੱਠੇ ਆਏ ਮੈਂ ਸਾਈਕਲ ਤੇ ਬਹਿ ਜੋ ਚਲੋ ਫਿਰ ਚਲੋ ਖੜ ਦਿਓ ਯਾਰ ਮਿਸਤਰੀ ਸਾਈਕਲ ਅਸੀਂ ਚੇਂਜ ਕਰਤੀ ਆ ਜੀ ਕੋਈ ਕਾਰਨ ਕਰਕੇ ਵਧੀਆ ਨਹੀਂ ਲੱਗੀ ਲੋਕੇਸ਼ਨ ਹੁਣ ਜਾ ਰਹੇ ਨਵੀਂ ਲੋਕੇਸ਼ਨ ਤੇ ਕੈਮਰਾ ਨਹੀਂ ਸੈੱਟ ਹੋਣ ਡਿਆ ਆ ਇੱਥੇ ਠੀਕ ਆ ਸਾਈਕਲ ਆਉਂਦੇ ਹੁਣ ਅੱਗੇ ਨੂੰ ਹੈਗੇ ਜੋਗੜ ਭਾਜੀ ਹੋਣੀ ਯੋ ਡਨ ਤੇ ਪਿੱਛੇ ਆਪਣਾ ਪ੍ਰੀਤੂ ਚਲੋ ਜੀ ਆ ਜਾਓ ਭਾਈ ਤਾਂ ਅੱਗੇ ਖੜ ਜਾਓ ਲੋਕੇਸ਼ਨ ਚੇਂਜ ਓਏ ਉੱਥੇ ਚੱਲੀਏ ਜਿਹੜੇ ਇੱਕ ਵਾਰੀ ਉੱਥੇ ਕੀਤਾ ਕੀ ਕਹਿੰਦੇ ਆ ਲੇਕਿਨ ਹੁਣ ਜਿੱਥੇ ਆਪਾਂ ਕੀ ਲਾਇਆ ਸੀ ਕਿਹੜੀ ਬਾਈਕ ਸੀ ਯਾਰ ਉਹ ਬੈਨਲੀ ਲਾਏ ਉੱਥੇ ਕਰਦੇ ਅਗਲੇ ਬੰਨੇ ਮੁੜ ਕੇ ਉੱਥੇ ਕਰਦੇ ਹਾਂ ਹਨਾ ਦੈਟਸ ਅ ਨਾਈਸ ਪਲੇਸ ਉੱਥੇ ਕਰਦੇ ਚਲੋ 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 ਲੇਕਿਨ ਫਿਰ ਹੁਣ ਚੱਲੂਗੀ ਹਾਂਜੀ ਉਹ ਯਾਰ ਬਹੁਤ ਹੀ ਭਾਰੀ ਭਜਦਾ ਵੀ ਨੀ ਮੇਰੇ ਵਾਲਾ ਸਾਈਕਲ ਉਹ ਜਾ ਓਏ ਗੱਲ ਸੁਣ ਓਏ ਕੀ ਕਹਿੰਦੇ ਆ ਗੱਲ ਸੁਣ ਹਾਂਜੀ ਗੁੱਤੀ ਗੈਂਗ ਗਾਣਾ ਸੁਣਿਆ ਗੁੱਤੀ ਗੈਂਗ ਬੜੇ ਮੂੰਹ ਗਾਣਾ ਸੁਣਿਆ ਗੁੱਤੀ ਗੈਂਗ ਨਹੀਂ ਸੁਣਿਆ ਉਹਨੂੰ ਪੁੱਛ ਲੋ ਰਹਿਣ ਦੀਏ ਫਿਰ ਲੋਕੇਸ਼ਨ ਲੋਕੇਸ਼ਨ ਫਿਰ ਤੋਂ ਜੈਨ ਜੀ ਜੋ ਭਾਈ ਰੇਸ
ਯਾਰ ਲੱਗਦਾ ਥਕਾ ਦੇਣਾ ਇਹਨਾਂ ਨੇ। ਇਹਨਾਂ ਨੂੰ ਘੁਮਾ ਘੁਮਾ ਥਕਾ ਦੇਣਾ ਇਹ। ਲੋਕਾਂ ਦੇ ਐਕਸਪ੍ਰੈਸ਼ਨ ਬਹੁਤ ਘੈਂਟ ਦੇ ਕਹਿੰਦੇ ਹੈ, ਕਿੰਨੇ ਸੋਹਣੇ ਲੱਗ ਰਹੇ ਸਰਦਾਰ ਮੁੰਡੇ ਸਾਈਕਲਾਂ ਜਾਂਦੇ ਯਾਰ, ਸਹੀ ਕਿ ਨਹੀਂ ਬਈ? ਸੀਨ ਨੋਟ ਕਰੀਏ ਹਾਏ ਬਈ, ਭੱਜੀ ਜਾਂਦਾ ਜੇ ਚਿੱਤਰਾਣੂ ਉਹ ਸਾਡੇ ਬੰਦੇ ਬਹੁਤੇ ਗੰਦੇ ਲੁੱਚੇ ਬੰਦੇ ਲੁੱਚੇ ਇਕੱਲੇ ਇਕੱਲੇ ਚੜ ਕੇ ਗੱਡੀ 'ਚ ਪੈ ਕੇ ਆਇਆ ਹਟ ਜਾਓ ਵੱਡੀ ਕਰਤੀ ਜੋ ਇਸ ਆਪਾਂ ਹਾਏ ਹੈ ਕੀ ਕਹੀ ਹੋਣਾ ਫਲਾਵਰ ਹੋ ਗਈ ਫਲਾਵਰ ਹੋ ਗਈ ਕਿੰਨੇ ਸੋਹਣੇ ਗਏ ਲੋਕੀ ਦੇਖ ਕੇ ਖੁਸ਼ ਹੋ ਰਹੇ ਸਾਨੂੰ ਸਾਈਕਲਾਂ ਜਾਂਦੇ ਆ ਬਹੁਤ ਲੋਕਾਂ ਨੂੰ ਬਹੁਤ ਸੋਹਣਾ ਲੱਗ ਰਿਹਾ ਸਾਈਕਲ ਤੇ ਜਾ ਰਹੇ ਮੁੰਡੇ ਬਾਈਕਾਂ ਨੂੰ ਛੱਡ ਕੇ ਸੋ ਇਹ ਤੁਹਾਡੀ ਸਿਹਤ ਲਈ ਵੀ ਵਧੀਆ ਵਾ ਤੇ ਮੈਂ ਕਹਿ ਨਾ ਲੋਕੀ ਦੇਖਣ ਦੇ ਖੁਸ਼ ਹੁੰਦੇ ਆ ਨਾਲੇ ਕਿੰਨੇ ਸਿਹਤ ਬਣਦੀ ਨਾਲੇ ਤੇਲ ਬਚਦਾ ਮਰ ਗਏ ਉਹ ਛੱਤ ਚੱਕਰ ਧੜਕਾ ਚੱਕਰ ਸਾਲਾ ਇੱਥੇ ਹੁੰਦਾ ਜੀ ਉਹ ਤੇਰੀ ਭਲੀ ਟਿਕ 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 ਚੱਲਦੀ ਹਾਂ ਪਈ ਘੜ 10 ਕਿਲੋਮੀਟਰ ਚਲਾ ਲਿਆ ਮੈਂ ਸਾਈਕਲ ਬਾਰੀ 12 ਹਨਾ 12 ਉਹ ਮੈਂ ਡਿੱਗਣਾ ਪਾਣੀ ਲੱਗ ਗਿਆ ਯਾਰ ਤੇਰਾ ਕਾਹਦੇ ਜਾ ਸਾਈਕਲ ਤੇ ਮੇਰ ਮਿਲ ਮਿਲ ਹੋਣਾ ਠੀਕ ਆ ਮੈਂ ਭੈਣ ਅੱਗੇ ਲੰਮੇ ਪੈਣ ਫਿਰ ਨਾ ਕਿਉਂ ਗੱਡੀ ਨੀ ਲੰਘਣ ਦੇਣੀ ਕਿੱਥੇ ਆ ਜਾ ਚਲਾਓ ਆ ਜਾਓ ਆ ਵੀ ਚਲਾਓ ਜਿਹੜਾ ਸੋਚਣ ਦਿਆ ਜਿਹੜੀ ਜਿਹੜੀ ਲੋਕੇਸ਼ਨ ਦੱਸਣੀ ਉਹਨਾਂ ਨੂੰ ਬਿਠਾਓ ਪਹਿਲਾਂ ਸਾਈਕਲ ਆਹੋ ਚਲਾਓ ਸਾਈਕਲ ਪਤਾ ਲੱਗੂਗਾ ਭਾਈ ਗੱਡੀ ਸਾਈਡ ਤੇ ਲਵਾ ਲਓ ਗੱਡੀ ਪਿੱਛੇ ਲਾ ਲਓ ਗੱਡੀ ਪਿੱਛੇ ਲਵਾਓ ਹੋਰ ਬੋਰਡ ਇੱਥੇ ਚੱਲਣਾ ਨੀ ਸੀ ਯਾਰ ਉਹ ਯਾਰ ਹਰਮਨ ਵੱਲ ਪਿਆ ਸੀ ਤਾਂ ਕਰਕੇ ਆ ਗਏ ਜੀ ਫਾਈਨਲੀ ਪੂਰਾ ਤਰਨ ਤਰਨ ਘੁਮਾ ਤੁਹਾਨੂੰ ਰਾਊਂਡ ਜਿਵੇਂ ਕਹਿੰਦੇ ਨੇ ਜਿਵੇਂ ਅੰਮ੍ਰਿਤਸਰ ਦਾ ਹਾਲ ਵਿਆਹ ਤੋਂ ਲੈ ਕੇ ਇੱਧਰ ਕੀ ਕਹਿੰਦੇ ਆ ਡਬੁਰਜੀ ਵੱਲ ਨੂੰ ਪੂਰਾ ਰਾਊਂਡ ਉੱਦਾਂ ਹੀ ਇਹਨੇ ਘੁਮਾ ਤੁਹਾਨੂੰ ਪ੍ਰਿੰਸੀਪਲ ਨੇ ਬਹੁਤ ਗੰਦਾ ਬੰਦਾ ਹਾਏ ਸਾਹ ਚੜ ਗਿਆ ਆ ਵੇਖ ਲਓ ਪਸੀਨੋ ਪਸੀਨੀ ਕਰਤਾ ਠੀਕ ਤੂੰ ਸਟੋਰੀ ਦੀ ਸਾਨੂੰ ਇੰਨਾ ਘੁਮਾ ਤਾ ਇੰਨਾ ਪੂਰਾ ਤਰਨ ਤਰਨ ਗੋਲ ਘੁਮਾ ਤਾ ਉਹਨੂੰ ਚੱਕਰ ਉਹ ਵੀ ਢਾਈ ਵਾਰੀ ਤੇ ਹੋਰ ਚੱਕਰ ਤੂੰ ਤੇ ਹੌਲੀ ਹੌਲੀ ਨਹੀਂ ਫੁੱਲ ਸਪੀਡ ਆ ਸੱਜੀ ਖੱਬੀ ਬੀਰ ਹੁਣੀ ਆਪਣੇ ਸਟੰਟ ਮਾਰਦੇ ਪਏ ਆ ਖੇਡ ਜੀ ਇਹ ਜਿਹੜਾ ਬੰਦਾ ਵੀਡੀਓ ਬਣਾਉਣਾ ਬਿਹਾਈਂਡ ਦਾ ਕੈਮਰਾ ਜਿਹੜਾ ਪਿੱਛੇ ਆ ਤੇ ਉਹ
ਬਹੁਤ ਹੀ ਚੰਗਾ ਬੰਦਾ ਚੰਗਾ ਸਮਝ ਗਏ ਹੁਣ ਤੁਸੀਂ ਫਿਰ ਕਵਾਈ ਜਾਂਦਾ ਨਾ ਨਾ ਉਹ ਛੋਟ ਜਿਹੇ ਲੈਣੇ ਜਿੱਦਾਂ ਉਹ ਲੈਂਦਾ ਸੀ ਪਾ ਹਾਂ ਵੇਖ ਲਓ ਜੋੜਾ ਉਹ ਭਾਈ ਬਹੁਤ ਹੀ ਜੋਰਾ ਜੋਰਾ ਭਾਈ ਲੈ ਪਾ ਯੂਨੀਫਾਰਮ ਚ ਪਰ ਨਹੀਂ ਆਪਾਂ ਨਹੀਂ ਆਪਾ ਭਾਈ ਟੇਟੇ ਟੇਟੇ ਆ ਪਿੱਛੇ ਆ ਦੇ ਪੁੱਤ ਨੂੰ ਪਿੱਛੇ ਮਮਾ ਟੇਟੇ ਕਿਲੋ ਨਹੀਂ ਇੰਜਨ ਕਰਦਾ ਬੱਦ ਨੂੰ ਆਪਾਂ ਲਾਲੀ ਜਾ ਪਾਣੀ ਲੈ ਜਾ ਲਓ ਜਾ ਪਾਣੀ ਲੈ ਗੱਡੀ ਚਾਬੀ ਦੋ ਗੱਡੀ ਆ ਤੇ ਕਰੋ ਪਾਣੀ ਫੜ ਦੀ ਆਇਆ ਪਾਣੀ ਮੈਂ ਪਾਣੀ ਫੜ ਲਈ ਤੇ ਕਰੋ ਜਾ ਲੈ ਆਓ ਸਾਹਮਣੇ ਵੱਲੋਂ ਲੈ ਆ ਹਾਂ ਹੁਣ ਦੱਸ ਕਿੱਥੇ ਜਾਣਾ ਕਿਉਂ ਕੋਲਡ ਡਰਿੰਕ ਲੈਣ ਹੈ ਹੈ ਆਹਾ ਤੁਹਾਨੂੰ ਭੁੱਖ ਲੱਗੇ ਤੇ ਭੁੱਖ ਆ ਡੇਰੀ ਕੀ ਕਹਾਂਗੇ ਸਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਡੋਂਗੀ ਤੇ ਉਹ ਗੱਲ ਕਿੱਧਰ ਦੀ ਕਿੱਧਰ ਲੱਗਾ ਮੈਂ ਭੁੱਖ ਵਾਲੀ ਗੱਲ ਕੀਤੀ ਆ ਉਹੀ ਗੱਲ ਤੇ ਉਹੀ ਹੈ ਨਾ ਤੁਹਾਨੂੰ ਲੱਗੇ ਤੇ ਭੁੱਖ ਸਾਨੂੰ ਲੱਗੇ ਕੋਈ ਨਾ ਬਾਅਦ ਚ ਪੀ ਲੈਨੇ ਆ ਫੇਰ ਹੁਣ ਹੁਣ ਚੱਲੇ ਰੇ ਬਸ ਕਰ ਲਈ ਆ ਜਾ ਇਹ ਆ ਉੱਤੇ ਨਾਲੇ ਤੇ ਰੱਖਿਆ ਹਵਾ ਘੱਟ ਹੁਣ ਲੜਪੋ ਸਾਡੇ ਲਿਆਉਣ ਲੱਗਿਆ ਲਿਆਉਣ ਵਾਲੇ ਤੇ ਬੜਾ ਚਾਹ ਸੀ ਤੁਹਾਨੂੰ ਓਕੇ ਵੀਰੇ ਥੈਂਕ ਯੂ ਸੋ ਮਚ ਆਉਣ ਲਈ ਹੈ ਓਕਾ ਲੋ ਜੀ ਸ਼ੂਟ ਹੋ ਗਿਆ ਫਾਈਨਲੀ ਡਨ ਪੈਕਅਪ ਆਹ ਸਾਈਕਲ ਲੈ ਕੇ ਹੁਣ ਚਲਾਓ ਚਲੋ ਹੁਣ ਸਾਈਕਲ ਚਲਾਉਣ ਦੀ ਵਾਰੀ ਤੁਹਾਡੀ ਓਕੇ ਜੀ ਦੋ ਸੈਂਟਰ ਸਭ ਕੋਈ ਸੈਂਟਰ ਨਹੀਂ ਮੈਂ ਬਣਾਈ ਯਾਰ ਭਰਾਵਾ ਭਾਈ ਉੱਧਰ ਹੋ ਬਹਿ ਜਾ ਫਾਈਨਲੀ ਆ ਗਈ ਜੀ ਆਪਾਂ ਘਰ ਹਾਏ ਥੱਕ ਗਏ ਸ਼ੂਟ ਤੋਂ ਸੋ ਜਿਹਨੇ ਜਿਹਨੇ ਵਲੋਗ ਦੇਖਿਆ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨੈਕਸਟ ਵਲੋਗ ਦੇਖਣ ਲਈ ਤੇ ਨੋਟੀਫਿਕੇਸ਼ਨ ਬੈਲ ਤੇ ਵੀ ਟੈਪ ਕਰ ਲਿਓ ਛੇਤੀ ਛੇਤੀ ਤਾਂ ਕਿ ਨੋਟੀਫਿਕੇਸ਼ਨ ਆਏ ਤੁਹਾਨੂੰ ਨੈਕਸਟ ਵਲੋਗ ਜਾਂ ਵੀਡੀਓ ਦੀ ਸੋ ਸਟੇ ਟਿਊਨ ਸਬਸਕ੍ਰਾਈਬ ਦਾ ਚੈਨਲ ਥੈਂਕ ਯੂ ਸੋ ਮਚ ਵਲੋਗ ਦੇਖਣ ਲਈ ਥੈਂਕ ਯੂ